ਹੈਲੋ एवरीवन वेलकम टू ਮੀ ਸਟੱਡੀ ਹੱਬ ਅੱਜ ਅੱਪਾ ਚੈਪਟਰ ਨੰਬਰ 7 ਕਰਾਂਗੇ ਦਾ ਡਾਕਟਰਜ਼ ਵਰਡ ਡਾਕਟਰ ਦੇ ਵਚਨ ਕਰੈਕਟਰ ਸਕੈਚ ਜਿਹੜਾ ਇੰਪੋਰਟੈਂਟ ਹੈ ਉਹ ਡਾਕਟਰ ਰਮਨ ਦਾ ਹੈਗਾ ਵੈਸੇ ਗੋਪਾਲ ਦਾ ਵੀ ਕਈ ਵਾਰ ਪੁੱਛ ਲੈਂਦੇ ਨੇ ਇਹ ਤੇ ਗੋਪਾਲ ਦੇ ਕਰੈਕਟਰ ਦੇ ਵਿੱਚ ਕੁਝ ਕ ਲਾਈਨਾਂ ਜੜੀਆਂ ਹੈਗੀਆਂ ਤੁਸੀਂ ਇਹਦੇ ਵਿੱਚ ਚੱਕ ਸਕਦੇ ਹੋ ਠੀਕ ਹੈ ਗੋਪਾਲ ਵਾਲੇ ਦੇ ਵਿੱਚੋਂ ਹੀ ਕਾਫੀ ਥਰੀਆਂ ਜਿਹੜੀਆਂ ਲਾਈਨਾਂ ਨੇ ਉਹ ਗੋਪਾਲ ਦੇ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਲਿਓ ਬਿਕਾਜ਼ ਬਹੁਤ ਸਾਰੀਆਂ ਅਪਡੇਟਸ ਮੈਂ ਇੱਥੇ ਦਿੰਦੀ ਰਹੀਆਂ ਮੀਟ ਸਟੱਡੀ ਹਬ ਨਾਮ ਦਾ ਮੇਰਾ ਟੈਲੀਗ੍ਰਾਮ ਚੈਨਲ ਵੀ ਹੈ ਵੀਡੀਓ ਨੂੰ ਦਬਕੇ ਸ਼ੇਅਰ ਕਰੋ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਮੇਰੀ ਵੀਡੀਓ ਪਹੁੰਚਦੀ ਹੋਵੇ ਸੋ ਕਰੈਕਟਰ ਸਕੈਚ ਆਫ ਡਾਕਟਰ ਰਮਨ ਡਾਕਟਰ ਰਮਨ ਇਜ਼ ਅ ਮੇਨ ਕਰੈਕਟਰ ਇਨ ਦਾ ਸਟੋਰੀ ਸਟੋਰੀ ਦੇ ਵਿੱਚ ਡਾਕਟਰ ਰਮਨ ਦਾ ਮੇਨ ਕਰੈਕਟਰ ਹੈ ਹੀ ਇਜ਼ ਅ ਡਾਕਟਰ ਸੋ ਡਾਕਟਰ ਹੈਗਾ ਬਾਈ ਪ੍ਰੋਫੈਸ਼ਨ ਹੀ ਇਜ਼ ਵੈਰੀ ਫੇਮਸ ਐਂਡ ਸਕਿਲਡ ਡਾਕਟਰ ਬਹੁਤ ਹੀ ਹੁਨਰਮੰਦ ਅਤੇ ਫੇਮਸ ਮਤਲਬ ਮਸ਼ਹੂਰ ਡਾਕਟਰ ਹੈ ਉਹ ਹੀ ਇਜ਼ ਟਰੂਥਫੁਲ ਉਹ ਸੱਚਾ ਹੈ ਹਾਰਡ ਵਰਕਿੰਗ ਮਿਹਨਤੀ ਹੈ ਹੀ ਇਜ਼ ਵੈਰੀ ਡੈਡੀਕੇਟਿਡ ਟੂ ਹਿਸ profession ਆਪਣੇ profession ਦੇ ਪ੍ਰਤੀ ਉਹ ਬਹੁਤ ਡੈਡੀਕੇਟਿਡ ਹੈ ਬਹੁਤ ਹੀ ਜ਼ਿਆਦਾ ਦਿਲ ਲਗਾ ਕੇ ਕੰਮ ਕਰਦਾ ਹੈ ਮਿਹਨਤ ਦੇ ਨਾਲ ਕੰਮ ਕਰਦਾ ਹੈ ਹੀ ਇਜ਼ ਵੈਰੀ ਐਕਸਪੀਰੀਅੰਸਡ ਡਾਕਟਰ ਬਹੁਤ ਐਕਸਪੀਰੀਅੰਸਡ ਡਾਕਟਰ ਹੈਗਾ ਹੀ ਨੇਵਰ ਲਾਈਜ਼ ਟੂ ਹਿਸ ਪੇਸ਼IENTS ਉਹ ਕਦੇ ਵੀ ਆਪਣੇ ਪੇਸ਼IENTS ਨਾਲ ਝੂਠ ਨਹੀਂ ਬੋਲਦਾ ਕਦੇ ਵੀ ਉਹਨਾਂ ਨੂੰ ਫਾਲਸ ਜਿਹੜੀ ਹੈਗੀ ਝੂਠੀ ਆਸ ਨਹੀਂ ਦਿੰਦਾ ਹੀ ਨੈਵਰ ਗਿਵਸ ਥੈਮ ਆ ਫਾਲਸ ਹੋਪ ਉਹਨਾਂ ਨੂੰ ਝੂਠੀ ਆਸ਼ਾ ਨਹੀਂ ਦਿੰਦਾ ਹੀ ਟ੍ਰਾਈਸ ਹਿਸ ਬੈਸਟ ਟੂ ਸੇਵ ਥੇਅਰ ਲਾਈਫਸ ਉਹਨਾਂ ਦੀ ਜਾਨ ਬਚਾਉਣ ਲਈ ਉਹ ਆਪਣਾ ਬੈਸਟ ਦਿੰਦਾ ਹੈਗਾ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ ਐਂਡ ਤੱਕ ਜਿਹੜਾ ਹੈਗਾ ਉਹ ਉਹਨਾਂ ਦੇ ਨਾਲ ਜਿਹੜਾ ਹੈਗਾ ਬਿਮਾਰੀ ਦੇ ਨਾਲ ਲੜਦਾ ਰਹਿੰਦਾ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਮਰੀਜ਼ ਦੀ ਜਾਨ ਬਚ ਜਵੇ ਹਿਸ ਫੀਸ ਇਜ਼ ਵੈਰੀ ਹਾਈ ਉਸ ਦੀ ਫੀਸ ਜਿਹੜੀ ਹੈਗੀ ਆ ਬਹੁਤ ਹਾਈ ਹੁੰਦੀ ਹੈਗੀ ਹੈ ਸੋ ਪੀਪਲ ਕਮ ਟੂ ਹਿਮ ਐਟ ਦਾ ਐਂਡ ਤੋਂ ਤਾਂ ਕਰਕੇ ਜਿਹੜੇ ਲੋਕ ਹੈਗੇ ਨੇ ਉਸ ਦੇ ਕੋਲ ਐਂਡ ਚ ਆਉਂਦੇ ਆ ਬਿਕੋਜ਼ ਕਾਫੀ ਸਾਰੇ ਲੋਕ ਐਸੇ ਹੁੰਦੇ ਆ ਜਿਹੜੇ ਫੀਸ ਨਹੀਂ ਦੇ ਸਕਦੇ ਸੋ ਐਂਡ ਚ ਜਦੋਂ ਹੋਪ ਕੋਈ ਚਲੀ ਜਾਂਦੀ ਹੈ ਤਾਂ ਉਹਦੇ ਕੋਲ ਆਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਡਾਕਟਰ ਜਿਹੜਾ ਹੈਗਾ ਸਾਨੂੰ ਬਚਾ ਲੇਗਾ ਸੋ ਗੋਪਾਲ ਇਜ਼ ਅ ਡੀਅਰੈਸਟ ਫਰੈਂਡ ਆਫ ਡਾਕਟਰ ਰਮਨ ਸੋ ਇੱਥੇ ਅਗਰ ਕੈਰੈਕਟਰ ਦੀ ਗੱਲ ਆ ਜਾਵੇ ਗੋਪਾਲ ਦੀ ਤਾਂ ਆਪਾਂ ਇਹਦੇ ਵਿੱਚੋਂ ਜਿਹੜਾ ਇਹ ਪੈਰੇ ਚੋਂ ਲਾਈਨਾਂ ਚੱਕ ਕੇ ਚਾਰ ਪੰਜ ਲਾਈਨਾਂ ਆਪਾਂ ਕਰ ਸਕਦੇ ਹਾਂ ਸੋ ਐਦਾਂ ਨਾ ਕਿਉਂਕਿ ਮੈਮ ਨੇ ਗੋਪਾਲ ਦਾ ਕਰੈਕਟਰ ਨਹੀਂ ਕਰਵਾਇਆ ਸੋ ਇਹਦੇ ਵਿੱਚ ਇਨਕਲੂਡ ਸੀਗਾ ਤਾਂ ਕਰਕੇ ਮੈਂ ਦੁਬਾਰਾ ਰਿਪੀਟ ਪਿੱਛੇ ਸ਼ਾਰਟ ਕੁਐਸਚਨਸ ਨਹੀਂ ਕਰਾਂਗੇ ਸੋ ਗੋਪਾਲ ਜਿਹੜਾ ਹੈਗਾ ਡੀਅਰੈਸਟ ਫਰੈਂਡ ਹੁੰਦਾ ਹੈ ਬਹੁਤ ਹੀ ਜ਼ਿਆਦਾ ਬੈਸਟ ਫਰੈਂਡ ਹੁੰਦਾ ਹੈ ਡਾਕਟਰ ਰਮਨ ਦਾ ਦੇ ਆਰ ਵੈਰੀ ক্লোਜ਼ ਟੂ ਈਚ ਅਦਰ ਬਹੁਤ ਜ਼ਿਆਦਾ ਇੱਕ ਦੂਜੇ ਦੇ ਨੇੜੇ ਨੇ ਦੇ ਸਪੈਂਡ ਮੋਸਟ ਆਫ देयर ਟਾਈਮ ਇਨ ਵਾਚਿੰਗ ਮੂਵੀਜ਼ ਟਾਕਸ ਐਂਡ ਡਾਈਨਿੰਗ ਸੋ ਖਾਣਾ ਖਾਂਦੇ ਠੀਕ ਹੈ ਮੂਵੀਜ਼ ਦੇਖਦੇ ਸੀਗੇ ਜ਼ਿਆਦਾਤਰ ਟਾਈਮ ਗੱਲਾਂ ਕਰਦੇ ਸੀ ਅਤੇ ਖਾਣਾ ਵਗੈਰਾ ਖਾਂਦੇ ਰਹਿੰਦੇ ਸੀ ਇਕੱਠੇ ਬੈਠ ਕੇ ਸੋ ਲੰਚ ਹੋ ਗਿਆ ਡਿਨਰ ਹੋ ਗਿਆ ਹੈਨਾ ਦੇ ਆਰ ਫਰੈਂਡਸ ਫੋਰ 40 ਇਅਰਸ ਉਹ ਤਕਰੀਬਨ 40 ਸਾਲ ਤੋਂ ਦੋਸਤ ਨੇ ਇੱਕ ਦੂਜੇ ਦੇ ਵਨ ਡੇ ਇੱਕ ਦਿਨ ਕੀ ਹੁੰਦਾ ਹੈ ਡਾਕਟਰ ਰਮਨ ਇਜ਼ ਇਨਫਾਰਮਡ ਥੈਟ ਗੋਪਾਲ ਇਜ਼ ਵੈਰੀ ਇਲ ਡਾਕਟਰ ਰਮਨ ਇਨਫਾਰਮ ਕੀਤਾ ਜਾਂਦਾ ਹੈ ਕਿ ਗੋਪਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਬਿਮਾਰ ਹੈ ਡਾਕਟਰ ਰਮਨ ਵਿਜ਼ਿਟਸ ਟੂ ਗੋਪਾਲਸ ਹਾਊਸ ਜਿਹੜਾ ਡਾਕਟਰ ਰਮਨ ਹੈ ਉਹ ਗੋਪਾਲ ਦੇ ਘਰ ਜਾਂਦਾ ਹੈ ਗੋਪਾਲ ਇਜ਼ ਲਾਈਂਗ ਓਨ ਦਾ ਬੈਡ ਜਿਹੜਾ ਗੋਪਾਲ ਹੁੰਦਾ ਉਹ ਉਸ ਤੇ ਲੇਟਿਆ ਹੋਇਆ ਹੁੰਦਾ ਹੈ ਬੈਡ ਦੇ ਉੱਤੇ ਡਾਕਟਰ ਰਮਨ ਐਗਜ਼ਾਮਿਨਸ ਹਿਮ ਉਹ ਜਿਹੜਾ ਡਾਕਟਰ ਹੁੰਦਾ ਉਹ ਉਸ ਨੂੰ ਐਗਜ਼ਾਮਿਨ ਕਰਦਾ ਹੈ ਨਿਰੀਖਣ ਕਰਦਾ ਉਸ ਦਾ ਐਂਡ ਗਿਵਸ ਮੈਡੀਸਨ ਉਹਨੂੰ ਉਸ ਨੂੰ ਮੈਡੀਸਨ ਦਿੰਦਾ ਹੈ ਹੀ ਇਜ਼ ਵਰਡ ਐਂਡ ਹੈਜ਼ ਨੋ ਹੋਪ ਆਫ ਲਿਵਿੰਗ ਤਾਂ ਉਹ ਵਰਡ ਹੁੰਦਾ ਹੈ ਤੇ ਉਸ ਨੂੰ ਲੱਗਦਾ ਹੈ ਗੋਪਾਲ ਨੂੰ ਕਿ ਮੈਂ ਹੁਣ ਜਿਹੜਾ ਹੈਗਾ ਮੈਂ ਨਹੀਂ ਬਚਣਾ ਹੈਗਾ so gopal also asks about his health and as he wants to make his will hun gopal hega jeda usnu question kar raha hega doctor nu apni health de bare kyunki jeda hega oh apni wasiyat vi banana chahunda hai ki maran to pehla main wasiyat bana la apni kyunki usnu bilkul vi e andaaza nahi hunda ki main jiyunga so usnu ehi lagda hai ki main mar jana hai jaldi oh inna zyada bimar ho gaya hunda but doctor raman tells a lie to him lekin ਜਿਹੜਾ ਡਾਕਟਰ ਹੈਗਾ ਉਹ ਝੂਠ ਬੋਲ ਦਿੰਦਾ ਕਿਉਂਕਿ ਗੋਪਾਲ ਨੂੰ ਪੁੱਛਦਾ ਕਿ ਮੈਂ ਕਿਵੇਂ ਆ ਵੀ ਮੈਂ ਬਚ ਜਾਊਂਗਾ ਤੇ ਡਾਕਟਰ ਰਮਨ ਉਸ ਤੋਂ ਉਸਦੇ ਨਾਲ ਜਿਹੜਾ ਹੈਗਾ ਝੂਠ ਬੋਲਦਾ ਹੀ ਅਸ਼ੂਰਸ ਅਸ਼ੂਰਸ ਦਾ ਮਤਲਬ ਹੁੰਦਾ ਵਿਸ਼ਵਾਸ ਦਿਵਾਉਂਦਾ ਹੈ ਉਹ ਹੀ ਅਸ਼ੂਰਸ ਹਿਮ ਥੈਟ ਹੀ ਵਿਲ ਰਿਕਵਰ ਸੂਨ ਉਹ ਕਹਿੰਦਾ ਵੀ ਤੂੰ ਜਲਦੀ ਠੀਕ ਹੋ ਜਾਵੇਂਗਾ ਗੋਪਾਲ ਗੈਟਸ ਅ ਹੋਪ ਆਫ ਲਿਵਿੰਗ ਗੋਪਾਲ ਨੂੰ ਜਿਹੜਾ ਹੈਗਾ ਇੱਕ ਆਸ ਹੋ ਜਾਂਦੀ ਹੈ ਕਿ ਮੈਂ ਜਿਉਂਦਾ ਰਹੂੰਗਾ ਕਿਉਂਕਿ ਉਸਨੇ ਸੁਣਿਆ ਸੀਗਾ ਔਰ ਉਸਨੂੰ ਪਤਾ ਵੀ ਸੀ ਕਿ ਜਿਹੜਾ ਡਾਕਟਰ ਹੈਗਾ ਝੂਠੀ ਆਸ ਕਿਸੇ ਨੂੰ ਨਹੀਂ ਦਿੰਦਾ ਉਹ ਹਮੇਸ਼ਾ ਸੱਚ ਬੋਲਦਾ ਹੈ ਮੈਂ ਬਚੂੰਗਾ ਤਾਂ ਹੀ ਮੈਨੂੰ ਇਸਨੇ ਕਿਹਾ ਕਿ ਵੀ ਜਿਹੜਾ ਤੂੰ ਠੀਕ ਹੈ ਠੀਕ ਹੋ ਜਾਏਗਾ ਜਲਦੀ ਹੀ ਰਿਕਵਰ ਸੂਨ ਤਾਂ ਉਹ ਜਲਦੀ ਹੀ ਜਿਹੜਾ ਗੋਪਾਲ ਹੈਗਾ ਉਹ ਰਿਕਵਰ ਹੋਣਾ ਸਟਾਰਟ ਹੋ ਜਾਂਦਾ ਕਿਉਂਕਿ ਉਹਨੂੰ ਇੱਕ ਆਸ ਮਿਲ ਜਾਂਦੀ ਹੈ ਸੋ ਵੀ ਕੈਨ ਸੇ ਡਾਕਟਰ ਰਮਨ ਇਜ਼ ਅ ਸਿਨਸੀਅਰ ਐਂਡ ਗੁੱਡ ਫਰੈਂਡ ਤਾਂ ਡਾਕਟਰ ਰਮਨ ਜਿਹੜਾ ਹੈਗਾ ਇੱਕ ਅੱਛਾ ਸਿਨਸੀਅਰ ਜਿਹੜਾ ਹੈਗਾ ਫਰੈਂਡ ਹੈਗਾ ਹੀ ਸੇਵਸ ਹਿਸ ਫਰੈਂਡਸ ਲਾਈਫ ਬਾਇ ਟੈਲਿੰਗ ਅ ਲਾਇ ਅਤੇ ਉਹ ਝੂਠ ਬੋਲ ਕੇ ਇੱਕ ਝੂਠ ਬੋਲ ਕੇ ਜਿਹੜਾ ਹੈਗਾ ਉਹ ਆਪਣੇ ਦੋਸਤ ਦੀ ਜ਼ਿੰਦਗੀ ਜੀਵਨ ਜਿਹੜਾ ਹੈਗਾ ਬਚਾ ਲੈਂਦਾ ਸੋ ਕਹਿੰਦੇ ਕਦੇ-ਕਦੇ ਝੂਠ ਵੀ ਜਿਹੜਾ ਹੈਗਾ ਜਿਹੜਾ ਝੂਠ ਬੋਲਿਆ ਜਾਂਦਾ ਹੈ ਤਾਂ ਕਿ ਕਿਸੇ ਦੀ ਜਾਨ ਬਚਾਣ ਲਈ ਅਗਰ ਝੂਠ ਬੋਲਿਆ ਜਾਵੇ ਤਾਂ ਉਹ ਝੂਠ ਝੂਠ ਨਹੀਂ ਹੁੰਦਾ ਤੋ ਇਹ ਜਿਹੜਾ ਹੈਗਾ ਮੋਰਲ ਸਟੋਰੀ ਦਾ ਸ਼ਾਰਟ ਕੁਐਸ਼ਨਸ ਦੀ ਗੱਲ ਕਰੀਏ ਤਾਂ ਸ਼ਾਰਟ ਕੁਐਸ਼ਨ ਇਹ ਬਹੁਤ ਇੰਪੋਰਟੈਂਟ ਹੈ ਕਈ ਵਾਰ ਉਹ ਥੀਮ ਪੁੱਛ ਲੈਂਦੇ ਨੇ ਹੈਨਾ ਲੌਂਗ 'ਚ ਵੀ ਪੁੱਛ ਲੈਂਦੇ ਤਾਂ ਇਹ ਥੀਮ ਦੀਆਂ ਲਾਈਨਾਂ ਲਿਖ ਕੇ ਤੁਸੀਂ ਜਿਹੜਾ ਹੈਗਾ ਡਾਕਟਰ ਰਮਨ ਦੇ ਕਰੈਕਟਰ ਵਾਲੀਆਂ ਜਿਹੜੀਆਂ ਹੈਗਾ ਵਿੱਚ ਲਾਈਨਾਂ 10 15 ਲਿਖ ਸਕਦੇ ਹੋ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ ਕੁਐਸ਼ਨ ਵੀ ਪ੍ਰੀਜ਼ੈਂਟੇਬਲ ਲੱਗੇਗਾ ਤੇ ਮਾਰਕਸ ਵੀ ਅੱਛੇ ਮਿਲ ਜਾਣਗੇ ਸੋ ਥੀਮ ਤੇ ਅਗਰ ਗੱਲ ਕਰੀਏ ਟਾਈਟਲ ਤੇ ਥੀਮ ਦੀ ਦ ਡਾਕਟਰਜ਼ ਵਰਡ ਇਜ਼ ਆ ਸਟੋਰੀ ਬਾਰੇ ਆਰ ਕੇ ਨਰਾਇਣ ਆਰ ਕੇ ਨਰਾਇਣ ਬਹੁਤ ਹੀ ਫੇਮਸ ਰਾਈਟਰ ਨੇ ਮੇਰੇ ਵੀ ਫੇਵਰਟ ਹੈ ਸੋ ਉਹਨਾਂ ਦੀ ਲਿਖੀ ਹੋਈ ਡਾਕਟਰ ਵਰਡਸ ਜਿਹੜੀ ਹੈਗੀ ਸਟੋਰੀ ਹੈ ਇਟ ਇਜ਼ ਬੇਸਡ ਅਪਨ ਦਾ ਆਈਡੀਆ ਥੈਟ ਡਾਕਟਰਸ ਵਰਡਸ ਆਰ ਲਾਈਕ ਮੈਡੀਸਨ ਇਹ ਇਹਨਾਂ ਨੇ ਇਸ ਆਈਡੀਆ ਦੇ ਉੱਤੇ ਇਸ ਵਿਚਾਰ ਤੇ ਚੱਲਣਾ ਪਾਇਆ ਹੈ ਕਿ ਜਿਹੜੇ ਡਾਕਟਰ ਦੇ ਵਚਨ ਨੇ ਨਾ ਉਹ ਦਵਾਈ ਵਾਂਗੂ ਕੰਮ ਕਰਦੇ ਨੇ ਦੇ ਕੈਨ ਸੇਵ ਪੇਸ਼ੈਂਟਸ ਲਾਈਫ ਉਹ ਪੇਸ਼ੈਂਟ ਦੀ ਜਾਨ ਤੱਕ ਬਚਾ ਸਕਦੇ ਨੇ ਜੇ ਡਾਕਟਰ ਆਸ ਦੇ ਦੇਵੇ ਦੇ ਗਿਵ ਹੋਪ ਟੂ ਦਾ ਪੇਸ਼ੈਂਟ ਹੁਣ ਜਿਹੜੇ ਡਾਕਟਰ ਨੇ ਉਹ ਪੇਸ਼ੈਂਟ ਨੂੰ ਆਸ ਦੇ ਦਿੰਦੇ ਨੇ ਮਰੀਜ਼ ਨੂੰ ਸੋ ਇਟ ਹੈਜ਼ ਅ ਸੂਟੇਬਲ ਟਾਈਟਲ ਆਲਸੋ ਤਾਂ ਇਸ ਦਾ ਟਾਈਟਲ ਵੀ ਜਿਹੜਾ ਹੈਗਾ ਸੂਟੇਬਲ ਅਗਰ ਟਾਈਟਲ ਆ ਜੇ ਥੀਮ ਆਵੇ ਤਾਂ ਆਪਾਂ ਨੇ ਇਹੀ ਲਿਖਣਾ ਹੈ ਸੋ ਇਟ ਇਜ਼ ਅ ਜਸਟੀਫਾਈਡ ਸਟੋਰੀ ਤਾਂ ਜਸਟੀਫਾਈਡ ਸਟੋਰੀ ਦਾ ਜਿਹੜਾ ਹੈ ਇਹ ਟਾਈਟਲ ਹੈ ਸੈਕਿੰਡ ਹੈ ਕਿ ਹੂ ਵਾਟ ਸੇਵਡ ਗੋਪਾਲ ਜਾਂ ਤਾਂ ਹੂ ਆ ਜਾਏਗਾ ਹੂ ਸੇਵਡ ਗੋਪਾਲ ਜਾਂ ਫਿਰ ਵਾਟ ਸੇਵਡ ਗੋਪਾਲ ਤਾਂ ਇਹ ਜਿਹੜਾ ਹੈਗਾ ਕੁਐਸਚਨ ਡਾਕਟਰ ਰਮਨ ਐਂਡ ਗੋਪਾਲ ਆਰ ਵੈਰੀ ਗੁੱਡ ਫਰੈਂਡਸ ਹੁਣ ਦੋਨੋਂ ਅچھے ਦੋਸਤ ਹੁੰਦੇ ਨੇ ਗੋਪਾਲ ਫਾਲਸ ਸਿੱਖ ਤਾਂ ਗੋਪਾਲ ਬਿਮਾਰ ਹੋ ਜਾਂਦਾ ਸੋ ਡਾਕਟਰ ਰਮਨ ਇਜ਼ ਕਾਲਡ ਟੂ ਟਰੀਟ ਹਿਮ ਡਾਕਟਰ ਰਮਨ ਨੂੰ ਬੁਲਾਇਆ ਜਾਂਦਾ ਹੈ ਕਿ ਉਸ ਦਾ ਇਲਾਜ ਕਰੇ ਗੋਪਾਲ ਨੋਜ਼ ਥੈਟ ਡਾਕਟਰ ਰਮਨ ਵਿਲ ਨਾਟ ਗਿਵ ਹਿਮ ਆ ਫਾਲਸ ਹੋਪ ਤਾਂ ਗੋਪਾਲ ਜਾਣਦਾ ਹੈ ਕਿ ਡਾਕਟਰ ਜਿਹੜਾ ਹੈਗਾ ਮੈਨੂੰ ਝੂਠੀ ਆਸ ਦਿਲਾਸਾ ਨਹੀਂ ਦੇਗਾ ਹੀ ਵਾਂਟਸ ਟਰੁਥ ਅਤੇ ਉਹ ਵੀ ਸੱਚ ਜਿਹੜਾ ਹੈਗਾ ਚਾਹੁੰਦਾ ਹੈ ਕਿ ਮੈਨੂੰ ਸੱਚ ਦੱਸੇ ਬਟ ਡਾਕਟਰ ਰਮਨ ਇਥੇ ਰਾਮਾਸ ਲਿਖਿਆ ਹੈ ਤੇ ਇਥੇ ਰਮਨ ਕਰ ਦਿਓ ਜਿਹੜਾ ਡਾਕਟਰ ਰਮਨ ਹੈਗਾ ਟੈਲਸ ਅ ਲਾਈ ਲੇਕਿਨ ਡਾਕਟਰ ਕੀ ਬੋਲ ਦਿੰਦਾ ਹੈ ਝੂਠ ਹੀ ਸੇਸ ਦੈਟ ਗੋਪਾਲ ਵਿਲ ਸਰਵਾਈਵ ਲੌਂਗ ਤਾ ਉਹ ਕਹਿੰਦਾ ਵੀ ਗੋਪਾਲ ਤੂੰ ਤਾਂ ਬਹੁਤ ਜਿਆਦਾ ਹੈਗਾ ਸਰਵਾਈਵ ਕਰੀਂਗਾ ਬਹੁਤ ਦੇਰ ਤੱਕ ਜਿਉਂਦਾ ਰਹੇਗਾ ਥੀਸ ਵਰਡਸ ਸੇਵ ਗੋਪਾਲ ਇਨਾ ਸ਼ਬਦਾਂ ਨੇ ਗੋਪਾਲ ਦੀ ਜਾਨ ਬਚਾ ਲਈ ਉਸ ਨੂੰ ਆਸ ਹੋ ਗਈ ਹੁਣ ਫਰੈਂਡਸ਼ਿਪ ਬਾਰੇ ਲਿਖਣਾ ਹੈਗਾ ਗੋਪਾਲ ਤੇ ਰਮਨ ਦੀ ਫਰੈਂਡਸ਼ਿਪ ਕਿੱਦਾਂ ਹੁੰਦੀ ਸੀ ਦੇ ਵਰ ਗੁੱਡ ਫਰੈਂਡਸ ਬਹੁਤ ਅੱਛੇ ਫਰੈਂਡਸ ਸੀਗੇ ਦੇ ਵਰ ਦੇ ਆਰ ਗੁੱਡ ਫਰੈਂਡਸ ਐਂਡ ਦੇ ਆਰ ਫਰੈਂਡਸ ਫਰਮ ਦਾ 40 ਇਅਰਸ ਅਤੇ ਉਹ 40 ਸਾਲ ਤੋਂ ਜਿਹੜਾ ਹੈਗਾ ਦੋਸਤ ਰਹੇ ਨੇ ਦੇ ਆਰ ਵੈਰੀ ক্লোਜ਼ ਟੂ ਈਚ ਅਦਰ ਇੱਕ ਦੂਜੇ ਦੇ ਬਹੁਤ ਨੇੜੇ ਨੇ ਦੇ ਸਪੈਂਡ ਮੋਸਟ ਆਫ ਦਾ ਟਾਈਮ ਟੂਗੇਦਰ ਉਹ ਬਹੁਤ ਸਾਰਾ ਸਮਾਂ ਇਕੱਠਾ ਬਿਤਾਉਂਦੇ ਨੇ ਦੇ ਵਾਚ ਮੂਵੀਜ਼ ਪਲੇ ਗੇਮਸ ਐਂਡ ਡਾਇਨਸ ਤੇ ਉਹ ਕੀ ਹੈਗਾ ਆਪਣਾ ਮੂਵੀ ਵੀ ਵਾਚ ਕਰਦੇ ਨੇ ਗੇਮਸ ਖੇਡਦੇ ਨੇ ਹਾਸੇ ਠੱਠੇ ਕਰਦੇ ਨੇ ਹੈਨਾ ਸੋ ਇਹ ਜਿਹੜਾ ਹੈਗਾ 40 ਸਾਲ ਤੋਂ ਚੱਲਦਾ ਆ ਰਿਹਾ ਹੁਣ ਥੋੜਾ ਉਹਨਾਂ ਦਾ ਟਾਈਮ ਘੱਟ ਗਿਆ ਸੀ ਇੱਕ ਦੂਜੇ ਲਈ ਪਰ ਫਿਰ ਵੀ ਉਹ ਵਿਜ਼ਿਟ ਜ਼ਰੂਰ ਕਰਦੇ ਸੀ ਇੱਕ ਦੂਜੇ ਦੇ ਘਰੇ ਦੇ ਟਾਕ ਫਾਰ ਮੈਨੀ ਆਵਰਸ ਬਹੁਤ देर-ਦੇਰ ਤੱਕ ਘੰਟਾ-ਘੰਟਾ ਉਹ ਗੱਲ ਕਰਦੇ ਸੀ ਵੈਨ ਗੋਪਾਲ ਫਾਲਸ ਸਿੱਖ ਜਦੋਂ ਗੋਪਾਲ ਬਿਮਾਰ ਹੋ ਜਾਂਦਾ ਡਾਕਟਰ ਰਮਨ ਗੀਰ ਸਿਮਾ ਫਾਲਸ ਹੋਪ ਦਾ ਡਾਕਟਰ ਰਮਨ ਉਸ ਨੂੰ ਚੋਠਾ ਦਿਲਾਸਾ ਦਿੰਦਾ ਹੀ ਸੇ ਦੈਟ ਹੀ ਇਜ਼ ਆਲ ਰਾਈਟ ਉਹ ਕਹਿੰਦਾ ਵੀ ਤੂੰ ਤਾਂ ਠੀਕ ਐ ਐਂਡ ਹੀ ਵਿਲ ਰਿਕਵਰ ਸੂਨ ਅਤੇ ਉਹ ਜਲਦੀ ਵੀ ਠੀਕ ਹੋ ਜਾਏਗਾ ਸੋ ਦੇ ਆਰ ਵੈਰੀ ਨੀਅਰ ਫਰੈਂਡਸ ਤੇ ਇਹ ਜਿਹੜੇ ਹੈਗੇ ਨੇ ਬਹੁਤ ਨੀਅਰ ਫਰੈਂਡਸ ਨੇ ਇਹ ਨਾਂ ਦੀ ਦੋਸਤੀ ਦਾ ਰਿਸ਼ਤਾ ਜਿਹੜਾ ਹੈਗਾ ਪੁੱਛਿਆ ਗਿਆ ਸੋ ਇਹ ਸਾਰਾ ਜਿਹੜਾ ਹੈ ਆਪਾਂ ਕੈਰੈਕਟਰ ਚੋਂ ਹੀ ਬਣਾਉਂਦੇ ਆ ਰਹੇ ਹਾਂ ਕੁਐਸਚਨ ਲਾਈਨ ਦੇਖੋ ਤੁਸੀਂ ਬਿਲਕੁਲ ਸੇਮ ਚੱਲ ਰਹੀਆਂ ਨੇ ਵਾਟ ਡਸ ਦਾ ਡਾਕਟਰ ਰਮਨ ਟੈਲ ਗੋਪਾਲਸ ਵਾਈਫ ਹੁਣ ਡਾਕਟਰ ਰਮਨ ਜਿਹੜਾ ਹੈਗਾ ਜਦੋਂ ਉਹਨਾਂ ਦੇ ਘਰੇ ਵਿਜ਼ਿਟ ਕਰਦਾ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਮੇਰਾ ਦੋਸਤ ਢਿੱਲਾ ਹੈ ਠੀਕ ਨਹੀਂ ਹੈਗਾ ਬਿਮਾਰ ਹੈ ਤਾ ਗੋਪਾਲ ਦੀ ਜਿਹੜੀ ਘਰ ਵਾਲੀ ਹੁੰਦੀ ਆ ਉਸ ਨੂੰ ਡਾਕਟਰ ਰਮਨ ਕੀ ਦੱਸਿਆ ਦਾ ਡਾਕਟਰ ਸੇਜ਼ ਹਰ ਟੂ ਗਿਵ ਹਿਮ ਗਲੂਕੋਜ਼ ਉਹ ਕਹਿੰਦਾ ਵੀ ਤੂੰ ਇਹਨੂੰ ਗਲੂਕੋਜ਼ ਦੇਈ ਜਾ ਵੈਨ ਸ਼ੀ ਆਸਕ ਆਸਕਸ ਹਿਮ ਅਬਾਊਟ ਗੋਪਾਲਸ ਕੰਡੀਸ਼ਨ ਜਦੋਂ ਪੁੱਛਦੀ ਆ ਗੋਪਾਲ ਦੀ ਕੰਡੀਸ਼ਨ ਦੇ ਬਾਰੇ ਹਾਲਤ ਦੇ ਬਾਰੇ ਹੀ ਅਸ਼ੂਰਸ ਉਹ ਦਿਲਾਸਾ ਦਿੰਦਾ ਹੈ ਹੀ ਅਸ਼ੂਰਡਸ ਹਰ that he will do his best ਉਹ ਕਹਿੰਦਾ ਵੀ ਮੈਂ ਜਿਹੜਾ ਹੈ ਆਪਣਾ ਬੈਸਟ ਦਊਗਾ ਮੈਂ ਕੋਸ਼ਿਸ਼ ਪੂਰੀ ਕਰੂੰਗਾ ਬਟ ਨਾਥਿੰਗ ਕੈਨ ਬੀ ਸੈਡ ਟਿਲ ਨੈਕਸਟ ਮਾਰਨਿੰਗ ਲੇਕਿਨ ਸਵੇਰ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਮੈਂ ਆਪਣੀ ਪੂਰੀ ਜੋਰ ਲਗਾ ਦਾਂਗਾ ਹੀ ਐਡਵਾਈਸ ਇਜ਼ ਹਰ ਟੂ ਟੇਕ ਕੇਅਰ ਆਫ ਗੋਪਾਲ ਉਹ ਇਹ ਵੀ ਕਹਿੰਦਾ ਕਿ ਗੋਪਾਲ ਦੀ ਤੂੰ ਅੱਛੀ ਤਰ੍ਹਾਂ ਕੇਅਰ ਕਰ ਇਦੀ ਦੇਖਭਾਲ ਕਰ ਤਾਂ ਉਹ ਸਮਝ ਜਾਂਦੀ ਹੈ ਤੇ ਰੋਣ ਲੱਗ ਜਾਂਦੀ ਹੈ ਨਾ ਸੋ ਇਹ ਸੀਗੀ ਸਟੋਰੀ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ